नदी के विचों पानी की छल आई एक पल विच एक शिंद विच इन बहा के दे ओ गुरमुख कह लगे बेटा ਇਹ ਸੰਸਾਰ ਦੇ ਇੱਕ ਰੇਤ ਦਾ ਘਰ ਹੈ ਜਦ ਮੌਤ ਰੂਪੀ ਛਲ ਪਾਉਂਦੀ ਹੈ ਇਸ ਘਰ ਨੂੰ ਵੀ ਵਹਾ ਕੇ ਲੈ ਜਾਂਦੀ ਹੈ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਇਹ ਸੰਸਾਰ ਇਹ ਜਗਤ ਤੇ ਜੀਵਨ ਇੱਕ ਰੇਤ ਦਾ ਘਰ ਹੈ ਤੇ ਸਤਗੁਰੂ ਦੀ ਵੀ ਬਾਣੀ ਵਿੱਚ ਕਹਿ ਰਹੇ ਨੇ ਜਿਉਂ ਫਲ ਨੂੰ ਕਰਵਾਲ ਕਹਿੰਦੇ ਜਿਵੇਂ ਕੋਈ ਰੇਤ ਦਾ ਘਰ ਸਾਹਿਬ ਜੀ ਵੀ ਐਸਾ ਸੰਸਾਰ ਹੈ ਮਹਾਰਾਜ ਦੀ ਬਾਣੀ ਦੇ ਬੜੇ ਪਿਆਰੇ ਵਚਨ ਕਹਿੰਦੇ ਮਾਰੂ ਕੀ ਧੀਤ ਬਣਾਈ ਰੱਜ ਪੱਜ ਰਹਿਤ ਨਹੀਂ ਦਿਲ ਜਾਲ ਧੀਤ ਕਹਿੰਦੇ ਨੇ ਕੰਧ ਮਾਰੂ ਦਾ ਅਰਥ ਹੈ ਰੇਤ ਸਤਿਗੁਰੂ ਕਹਿੰਦੇ ਜਿਵੇਂ ਕੋਈ ਰੇਤ ਦੀ ਕੰਧ ਉਸਾਰ ਦੇਵੇ ਕਿੰਨਾ ਸਮਾਂ ਟਿਕੇ ਰਹੇ ਕਿ ਹਵਾ ਆਵੇ ਕਿ ਹਵਾ ਦਾ ਬੁੱਲਾ ਆਇਆ ਰੇਤ ਦੀ ਕੰਧ ਡਿੱਗ ਪਵੇਗੀ ਇਸੇ ਤਰ੍ਹਾਂ ਕਿ ਸਾਡਾ ਜੀਵਨ ਜੇ ਕੋਈ ਸਮਝੇਗਾ ਮਾਫ ਕਰ ਦੇਣਾ ਕਿ ਮਨੁੱਖ ਇਹ ਬੜਾ ਮਹਿਕੇ ਹੋ ਚੁੱਕਾ ਹੈ ਇਹਦੇ ਕੋਲ ਸਾਧਨਾਂ ਦੀ ਕਮੀ ਨਹੀਂ ਹੈ ਇਹਦੇ ਕੋਲ ਪਦਾਰਥਾਂ ਦੀ ਕਮੀ ਨਹੀਂ ਹੈ ਇਹਦੇ ਕੋਲ ਮਾਇਆ ਦੀ ਕਮੀ ਨਹੀਂ ਹੈ ਇਹਦੇ ਕੋਲ ਸੌਧੀਆਂ ਦੀ ਕਮੀ ਨਹੀਂ ਹੈ ਪਰ ਮਾਫ਼ ਕਰ ਦੇਣਾ ਜਿੱਥੇ ਸਾਡੀ ਸੋਚ ਖਤਮ ਹੁੰਦੀ ਹੈ ਉੱਥੇ ਗੁਰਮੁਖ ਦੀ ਸੋਚ ਆਰੰਭ ਹੁੰਦੀ ਹੈ ਕਿਉਂਕਿ ਮਾਲਕ ਦੇ ਹੁਕਮ ਦੇ ਮਾਲਕ ਦੇ ਭਾੜੇ ਦੇ ਜੋ ਕੁਝ ਹੈ ਸਭ ਚੱਲ ਰਿਹਾ ਹੁਣ ਮਾਲਕ ਕਹਿੰਦੇ ਨੇ ਮੈਂ ਸੰਕੇਤ ਦੇ ਸ਼ਬਦ ਦੇ ਅੰਤ ਕਰਾਂ ਕਿਉਂਕਿ 10 ਮਿੰਟ ਵਿੱਚ ਆਪਾਂ ਸਮਾਪਤੀ ਕਰਨੀ ਹੈ ਮਾਲਕ ਕਹਿੰਦੇ ਨੇ ਬਿਨਸਤ ਬਾਰ ਨਾ ਲੱਗਈ ਜਿਉਂ ਕਾਗਜ਼ ਨੂੰ ਦਾਰ ਸਤਿਗੁਰ ਕਹਿੰਦੇ ਜਿਵੇਂ ਕਾਗਜ਼ ਤੇ ਮੀਂਹ ਦੀਆਂ ਗੜੀਆਂ ਪੈਂਦੀਆਂ ਨੇ ਥੋੜ੍ਹੇ ਸਮੇਂ ਵਿੱਚ ਉਹ ਕਾਗਜ਼ ਗਲ ਜਾਂਦਾ ਹੈ ਇਸੇ ਤਰ੍ਹਾਂ ਭਾਈ ਸਾਡਾ ਤੇ ਜੀਵਨ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਪ੍ਰਾਪਤ ਹੋ ਜਾਂਦਾ
ਪਰ ਜਦੋਂ ਸਵੇਰ ਅੱਖ ਖੁੱਲਦੀ ਹੈ ਕੁਝ ਕੱਲੇ ਨਹੀਂ ਹੁੰਦਾ ਤੇ ਜਗਤ ਵੀ ਆਪ ਦੇ ਸੁਪਨੇ ਨਹੀਂ ਕਰਦਾ ਤੇ ਮਾਸਟਰ ਕਹਿੰਦੇ ਨੇ ਦ੍ਰਿਸ਼ ਮਾਨ ਸਭ ਕੁਝ ਸੀ ਹੈ ਗਿਆਨ ਦਾ ਕਹਿਤਾ ਦ੍ਰਿਸ਼ ਮਾਨ ਦਾ ਪਤਾ ਹੈ ਇਹਨਾਂ ਅੱਖਾਂ ਦੇ ਨਾਲ ਸਾਨੂੰ ਜੋ ਕੁਝ ਨਜ਼ਰ ਆ ਰਿਹਾ ਹੈ ਧਰਤੀ ਆਕਾਸ਼ ਸੂਰਜ ਤੇ ਚੰਦਰਮਾ ਇਹ ਬ੍ਰਹਸਪਤੀ ਜੀਵ ਜੰਤੂ ਖੱਟ ਬ੍ਰਹਿਮੰਡ ਜੋ ਕੁਝ ਇਹਨਾਂ ਅੱਖਾਂ ਦੇ ਨਾਲ ਦਿਸ ਰਿਹਾ ਹੈ ਮਰ ਕਿਸੇ ਤੋਂ ਨਾਸ਼ਵੰਤ ਹੈ ਜਿੱਥੇ ਮਹਾਰਾਜ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰਮਤ ਦਾ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ ਉੱਥੇ ਸੰਸਾਰਕ ਗਿਆਨ ਵੀ ਜ਼ਰੂਰੀ ਹੈ ਅਤੇ ਸਤਿਕਾਰਯੋਗ ਮਾਸਟਰ ਸਰਦਾਰ ਪਿਆਰਾ ਸਿੰਘ ਜੀ ਜਿਨ੍ਹਾਂ ਨੇ ਇਹ ਸੰਸਾਰ ਇਹ ਗਿਆਨ ਵੰਡਿਆ ਉਸ ਤੋਂ ਬਾਅਦ ਵਿਦੇਸ਼ ਦੀ ਧਰਤੀ 'ਤੇ ਜਾ ਕੇ ਇਹਨਾਂ ਦੇ ਸਮੁੱਚੇ ਪਰਿਵਾਰ ਨੇ ਬੜੀਆਂ ਤਰੱਕੀਆਂ ਕੀਤੀਆਂ ਮਾਲਕ ਦੀ ਕਿਰਪਾ ਪਰ ਜਦੋਂ ਉਸ ਮਾਲਕ ਵੱਲੋਂ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਸੰਪੂਰਨ ਹੋ ਜਾਂਦੀ ਹੈ ਉਸ ਵੇਲੇ ਜੀਵ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲਾ ਜਾਂਦਾ ਹੈ ਅਸੀਂ ਬੜੇ ਯਤਨ ਕਰਦੇ ਹਾਂ ਬੜੇ ਡਾਕਟਰਾਂ ਕੋਲ ਲੈ ਕੇ ਜਾਂਦੇ ਹਾਂ ਬੜੇ ਸਾਧਨ ਵਰਤਦੇ ਹਾਂ ਪਰ ਗੁਰਮੁਖੋ ਸਿਆਣੇ ਕਹਿੰਦੇ ਬਿਮਾਰੀ ਦਾ ਇਲਾਜ ਤਾਂ ਜ਼ਰੂਰ ਹੈ ਮੌਤ ਦਾ ਇਲਾਜ ਨਹੀਂ ਕਿਉਂਕਿ ਜਦੋਂ ਸਮਾਂ ਆ ਜਾਂਦਾ ਹੈ ਸਵਾਸਾਂ ਦੀ ਪੂੰਜੀ ਪੂਰਨ ਹੋ ਜਾਂਦੀ ਹੈ ਮਨੁੱਖ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ ਆਓ ਸਤਿਕਾਰਯੋਗ ਸਰਦਾਰ ਪਿਆਰਾ ਸਿੰਘ ਜੀ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਇਹ ਸ਼ਬਦ ਪੜ੍ਹੀਏ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਮ ਗੁਰਮੁਖੋ
कोई साडा परिवारक मैंबर दुनियावी नींदरे सुता है ना, असी आवाज दिंदे हां झट उठ खलोंदा है। पर जदों शमशान भूमखा विखे कब्रस्तान विखे कोई सदा दी नींदरे सौ जांदा है, असी लखां आवाजां मारीए साडी आवाज उहदे तक नहीं पहुंचदी। आओ सरदार प्यारा सिंह जी तौर तिन्हां नूं याद करदे हां, ये शब्द पढ़ के आपां समाप्ति करिए जी। सज्जन मेरे रंगुले जाए सुते जीरान, सज्जन मेरे रंगुले जाए सुते जीरान, सज्जन मेरे रंगुले जाए सुते जीरान, जाए सुते जीरान, जाए सुते जीरान, जाए सुते जीरान, वाहिगुरु जाए सुते सज्जन मेरे रंगुले जाए सुते जीरान, सज्जन मेरे रंगुले जाए सुते जीरान। सज्जन मेरे रंगुले जाए सुते जीरान, सज्जन मेरे रंगुले जाए सुते जीरान। रंग मान ले प्यारे, रंग मान ले प्यारे, जा जो बन ना दिन थोड़े थके पया पुराना चोला,
जाए सुते जीरा।